ਬੇਜ਼ਾਬੀ ਟੋਟੇ ਹੁਣ ਫੇਜ਼ ਵਿੱਚ। ਕਾਕਾ ਪਾਕਿਸਤਾਨ ਦਾ 424 ਇੱਥੇ ਪੈਰ ਰੱਖ ਕੇ ਕਰਾਏਗਾ ਨਾ ਤੇ ਛੇਤੀ ਆਊਟ ਹੋਣਗੇ। ਜਾ ਜਿੱਦਾਂ ਮਰਦੀ ਗੇਂਦ ਕਰਾ ਹੁਣ। ਮੇਰੀਆਂ ਲੱਤਾਂ ਜ਼ਰਾ ਵਿੰਗੀਆਂ ਨੇ ਫਿਰ ਵੀ ਆਊਟ ਹੋ ਜਾਣਗੇ ਨਾ। ਇੱਥੇ ਤਾਂ ਲੰਗੜੇ ਚੱਲ ਜਾਂਦੇ ਆ। ਇੱਕ ਮਿੰਟ ਠਹਿਰ, ਉਰੇ ਆ ਜਾ, ਉਰੇ ਇਹਨੇ ਕੈਚ ਦੇਣੀ, ਦਸਾਂ ਚ ਮੰਨ ਗਈ, ਆ ਜਾ ਆ ਜਾ। ਬਾਬੇ ਜਡੇਜਾ ਬੜਾ ਆਊਟ ਕੀਤਾ ਈ ਯਾਰ, ਮੈਂ ਨਹੀਂ ਕੀਤਾ, ਆਪ ਹੀ ਕਾਲਾ ਪੈ ਗਿਆ। ਇੱਥੇ ਇੱਕ ਹੀ ਫੀਲਡਰ ਰਹਿਣ ਦਿਓ, ਜਾਓ ਬਾਕੀ ਆਰਾਮ ਕਰੋ, ਜਾ ਕੇ ਬਾਹਰ ਜਾਓ ਬਾਹਰ। ਧੂਨੀ ਤੇ ਮੈਂ ਇਕੱਲੇ ਹੀ ਬਹੁਤ ਆ ਇੱਥੇ। ਭਾਜੀ ਟੈਨਸ਼ਨ ਵਾਲੀ ਗੱਲ ਆ, ਮਿਸਬਾ ਹਲੇ ਤੱਕ ਖਲੋਤਾ। ਖਲੋਤਾ ਰਹਿਣ ਦੀ ਤੈਨੂੰ ਕੀ ਤਕਲੀਫ ਆ, ਤੂੰ ਇਹੀ ਸਮਝ ਸਾਡੇ ਵੱਲੋਂ ਖੇਡਣ ਡੇ ਆ। ਯਾਰ ਜਲਦੀ ਆਊਟ ਕਰ, ਮੈਂ ਖਲੋ ਖਲੋ ਕੇ ਬੋਰ ਹੋ ਗਿਆ। ਆਊਟ ਕਰਨਾ? ਆਹੋ ਤੇ ਗੇਂਦ ਫੜਾ ਦੇ, ਮੈਂ ਫੂਕਾਂ ਨਾਲ ਆਊਟ ਕਰਨਾ। ਉਹ ਕੋਈ ਨੀ ਕੋਈ ਨੀ, ਮਿਸਬਾ ਨੇ ਸਟਾਪ ਹੀ ਕਰਨਾ, ਤੂੰ ਉੱਥੇ ਆਰਾਮ ਨਾਲ ਬਹਿ। ਯਾਰ ਇਹਨਾਂ ਦਾ ਕੋਈ ਬੈਟਸਮੈਨ ਨਹੀਂ ਚੱਲਿਆ, ਮੈਂ ਤਾਂ ਕਹਿੰਦਾ ਆਖਰੀ ਬੈਟਸਮੈਨਾਂ ਕੋਲੋਂ ਬੱਲਾ ਹੀ ਖੋ ਲਈਏ। ਮੈਂ ਕਿਹਾ ਜੀ ਧੂਣੀ ਸਾਹਿਬ ਗੇਮ ਦਾ ਮਜ਼ਾ ਆ ਗਿਆ ਜੀ। ਆਹੋ ਜੇ ਤੂੰ ਆਊਟ ਨਾ ਪੀਤੇ ਹੁੰਦੇ ਤੇ ਸਾਨੂੰ ਮਜ਼ਾ ਆ ਜਾਣਾ ਸੀ। ਬੇਜ਼ਾਬੀ ਟੋਟੇ ਹੁਣ ਫੇਜ਼ ਵਿੱਚ। ਬੇਜ਼ਾਬੀ ਟੋਟੇ ਹੁਣ ਫੇਜ਼ ਵਿੱਚ। ਮਿਸਬਾ ਭਾਈ ਕੀ ਕਰੀਏ, ਆਊਟ ਨਹੀਂ ਹੋਣ ਦਾ। ਕੋਈ ਹਿੱਟ ਵੱਟਾ ਮਾਰ ਦੇ। ਮਾਰਿਆ ਸੀ ਉੱਤੇ ਵੀ ਛਕਾ ਵੱਜਾ। ਮੂੰਹ ਤੇ ਮਾਰੇ ਦੇ। ਇੱਕ ਮੱਠਾ ਰੋ ਗੇਂਦ ਨਾ ਕਰਾਈਆਂ, ਫਰੀਦੀ ਨੂੰ ਪੁੱਛੋ ਕੀ ਮਸਲਾ ਤੈਨੂੰ। ਮੈਚ ਤੋਂ ਪਹਿਲੇ ਗੱਲ ਹੋਈ ਸੀ ਜਲਦੀ ਆਊਟ ਹੋਣਾ, ਤੇ ਇੱਥੇ ਆ ਕੇ ਸਾਡੇ ਮਗਰੋਂ ਨਹੀਂ ਲੈਂਦੇ ਪਏ, ਯਾਦ ਰੱਖਣਾ। ਤੂੰ ਬਾਹਰ ਆ ਸਹੀ, ਮੈਂ ਤੇਰੇ ਤੇ ਕੋਈ ਨਾ ਕੋਈ ਇਲਜ਼ਾਮ ਲਾ ਦੇਣਾ। ਬਾਹਰੋਂ ਬੰਦੇ ਹੋਰ ਨਾ ਸੱਦ ਲਈਏ। ਨਹੀਂ ਨਹੀਂ ਨਹੀਂ, ਬਹੁਤ ਆ। ਓਏ ਬੰਦੇ ਨਹੀਂ ਬਾਹਰੋਂ ਸੱਦਨੇ ਓਏ। ਨਹੀਂ ਨਹੀਂ, ਰੋਕਤਾ ਭੈਣ। ਹਾਂ ਕੀ ਗੱਲ ਆ? ਹਾਂ ਮੈਂ ਐਂਪੇਅਰ ਆਊਟ ਨਹੀਂ ਦੇਂਦੇ। ਇਹਦੀ ਜੇਬ 'ਚ ਕੋਈ ਨੋਟ ਪਾਇਆ ਜੀ? ਭੈਣ 1000 ਵਾਲਾ ਦਿੱਤਾ। ਤੇ ਬਹੁਤ ਆ ਯਾਰ, ਇੱਕ ਵਾਰੀ ਵੇਖ ਤਾਂ ਸਹੀ। 1000 ਤਾਂ ਸਿਰਫ ਚੱਕ ਹੀ ਹੋਣਾ ਹੀ। ਸਮਝ ਆਈ ਨਾ? ਕੀ ਉਰੇ ਆ? ਓਏ ਉਰੇ ਮਾਰੋ ਵੀ ਸੁਣ ਲੈਣਗੇ। ਨੀਵੀਂ ਗੇਂਦ ਕਰਾ, ਲੰਮੇ ਪੈ ਕੇ ਕਰਾ ਦਾਂ। ਆਹੋ ਵੇ ਚੋਕੇ ਵਾਸਤੇ ਤਿਆਰ ਹੋ ਜਾਓ। ਇਹ ਵਕਾਰ ਭਾਈ, ਚਿੰਗਮਾ ਦੇ 2 ਡੱਬੇ ਹੋਰ ਆ ਗਏ ਜੇ। ਤੋਬਾ ਮੇਰੀ, ਮਾਰ ਮਾਰ ਚੋਕੇ ਮਾਮਿਆਂ ਨੇ ਬਾਉਂਡਰੀ ਦਾ ਪਿੜਾ ਕਰ ਦਿੱਤਾ। ਕਾਸਾ ਫਿਰ ਫਰੀਦੀ 300 ਤੋਂ ਬਾਅਦ ਸਕੋਰ ਨਹੀਂ ਕਰਨ ਦਿੱਤਾ। ਖੁਸ਼ ਨਾ ਹੋ ਮਾਮਾ, ਇੱਕ ਥੋੜਾ ਨਹੀਂ ਹੈਗਾ। ਕੋਈ ਨਹੀਂ, ਪਸਣਾ ਤੇ ਕੈਪਟਨ ਨੇ ਆ। ਬੇਜ਼ਾਬੀ ਟੋਟੇ ਹੁਣ ਫੇਜ਼ ਵਿੱਚ। ਬੇਜ਼ਾਬੀ ਟੋਟੇ ਹੁਣ ਫੇਜ਼ ਵਿੱਚ। ਆ ਚਾਲਾ ਚਾ ਭਾਈ, ਗੁੱਸਾ ਕਰੀ ਜਾਣਾ, ਸਕੋਰ ਤੇ ਤੇਰੇ ਕੋਲ ਹੁੰਦਾ ਨਹੀਂ ਯਾਰ। ਮਿਸਬਾ ਵੇਖ, ਚੋਕਾ ਨਹੀਂ ਮਾਰਨ ਦਿੰਦੇ। ਉਹ ਜਾ ਐਡਾ, ਤੂੰ ਅਸੀਂ ਨਹੀਂ ਮਾਰਿਆ ਤੇ ਤੈਨੂੰ ਕੀ ਲੋੜ ਆ ਮਾਰਨ ਦੀ, ਚੱਲ ਖੇਡ। ਮੇਰੀ ਖੇਡ ਦੀ ਹੁਣ ਜੁੱਤੀ। ਆ ਪੈਰ ਇਹਨਾਂ ਨੂੰ ਖਲੋ ਕੇ ਕਿੱਦਾਂ ਕਰਾ ਦੀ? ਉਹ ਚੱਲ ਪੋਤਾ, ਮਜ਼ਾ ਨਾਲ ਆਇਆ। ਆ ਮਰੇ ਤੂੰ ਹੀ ਕੋਈ ਆਊਟ ਦੇ ਦੇ ਕਿ ਸਾਰੀ ਜ਼ਿੰਦਗੀ ਲੈਗਮ ਪੈਰ ਹੀ ਰਹਿਣੀ। ਲੈ ਵੀ ਐ ਪਾਕਿਸਤਾਨ ਕੋਲੋਂ 250 ਸਕੋਰ ਨਹੀਂ ਹੋਣਾ, ਲਿਖ ਲਾ। ਮਿਸਬਾ ਖਲੋਤਾ ਹਲੇ, ਜੋ ਮਰਜ਼ੀ ਹੋ ਜਾਏ। ਹਲੇ ਫਰੀਦੀ ਵੀ ਆ ਹੋਰ ਉਮਰ ਅਕਮਲ ਵੀ ਆ, ਬਸ ਦੁਆ ਕਰ ਸ਼ਾਸਤਰੀ ਉਹ ਆਂਡੇ ਤੇ ਆਊਟ ਹੋ ਜਾਏ। ਹਾਂਜੀ ਉਹੀ ਬੋਲ ਆਂਡਾ, ਓਏ ਹੋਏ ਉਹ ਸਪਿਨਰ ਨੂੰ ਬੜੇ ਛੱਕੇ ਮਾਰਦਾ, ਦੇਖ ਲੈਨੇ ਆ। ਬਸ ਉਹਦਾ ਹੀ ਮੈਨੂੰ ਡਰ ਆ। ਓਏ ਰੋਟੀ ਆ ਗਈ ਆ? ਕਿੱਥੇ ਆ? ਰੋਟੀ ਮੈਚ ਤੋਂ ਬਾਅਦ। ਅੱਛਾ ਰਵੀ ਸਾਹਿਬ, ਤੁਸੀਂ ਵਕਾਰ ਯੂਨਸ ਦਾ ਮੂੰਹ ਨਹੀਂ ਵੇਖਿਆ? ਢਿੱਲੀ ਪਾਥੀ ਵਰਗਾ ਹੋਇਆ। ਲੈ ਬਈ ਪੁਸ਼ਤਾਕ, ਟੀਮ ਭਾਵੇਂ ਪਾਕਿਸਤਾਨ ਚਲ ਜਾਏ, ਮੈਂ ਨਹੀਂ ਵਾਪਸ ਜਾਣਾ। ਰਮੇਸ਼ ਭਾਈ ਗੁੱਸਾ ਨਾ ਕਰਨਾ, ਵਕਾਰ ਯੂਨਸ ਵਰਗੇ ਜਿਹੜੇ ਕੋਚ ਹੁੰਦੇ ਆ ਨਾ, ਇੱਕ ਸੁਨਾ ਵਿਖਾ ਕੇ ਬੱਚਿਆਂ ਕੋਲ ਸਿਰਫ ਕੁਲਫੀ ਖੋ ਸਕਦੇ ਆ। ਬੇਜ਼ਾਬੀ ਟੋਟੇ ਹੁਣ ਫੇਜ਼ ਵਿੱਚ। ਬੇਜ਼ਾਬੀ ਟੋਟੇ ਹੁਣ ਫੇਜ਼ ਵਿੱਚ। ਦੇਖੋ ਜੀ, ਅਸੀਂ ਵੀ ਵਰਲਡ ਕੱਪ ਦੇ ਵਿੱਚ ਇੰਡੀਆ ਕੋਲ ਹਰੇ ਆ, ਮਗਰ ਇਹ ਤੇ ਬਿਲਕੁਲ ਹਾਰ ਗਏ ਨੇ। 300 ਸਕੋਰ ਹੀ ਕਰਨਾ ਸੀ, ਉੱਥੇ ਕਿਹੜਾ ਲੱਕੜਾ ਪਾੜਨੀਆ ਸੀ। ਮੈਨੂੰ ਨਾ ਹੀ ਪੁੱਛੋ ਜੀ ਮੇਰਾ ਕੀ ਹਾਲ ਸੀ। ਮੈਂ ਇੱਕ ਪਾਸੇ ਕਮੈਂਟਰੀ ਕਰਦਾ ਸੀ ਤੇ ਦੂਜੇ ਪਾਸੇ ਹੈੱਡਫੋਨ ਲਾ ਕੇ ਮੁਕੇਸ਼ ਦੇ ਗਾਣੇ ਸੁਣਦਾ ਸੀ ਤੇ ਨਾਲ ਦੇ ਬੈਠੇ ਦੰਦ ਕੱਢਦੇ ਸੀ। ਹੁਣ ਇਹ ਨਾ ਹੋਵੇ ਕਿ ਤੁਸੀਂ ਹੱਥ ਧੋ ਕੇ ਟੀਮ ਦੇ ਪਿੱਛੇ ਪੈ ਜਾਓ। ਉਹ ਵਿਚਾਰੇ ਜਦੋਂ ਦੇ ਹਾਰੇ ਆ, ਕਮਰੇ 'ਚ ਬਾਹਰ ਨਹੀਂ ਨਿਕਲੇ ਤੇ ਤੁਸੀਂ ਟੋਟੇ ਬਣਾ ਬਣਾ ਕੇ ਉਹਨਾਂ ਦੀ ਬੇਇੱਜ਼ਤੀ ਕਰੀ ਜਾਓ। ਹਲੇ ਤੇ ਵਰਲਡ ਕੱਪ ਦਾ ਪਹਿਲਾ ਮੈਚ ਆ, ਵੱਡੀਆਂ ਵੱਡੀਆਂ ਟੀਮਾਂ ਹਾਰ ਜਾਂਦੀਆਂ ਨੇ ਤੇ ਫਿਰ ਵੀ ਵਿਚਾਰੇ ਕੱਲ ਦੇ ਬੱਚੇ ਆ। ਅੱਛਾ ਬਈ, ਮੈਨੂੰ ਬੜੀ ਉਮੀਦ ਸੀ ਇਹਨਾਂ ਕੋਲ, ਜਿਹੜਾ ਉਹ ਬਾਲਰ ਆ ਲੰਬਾ ਜਿਹਾ, ਉਹ ਖੰਭਾ ਜਿਹਾ, ਮੈਂ ਤੇ ਸੋਚਿਆ ਸੀ ਕਿ ਉਹ ਵਿਕਟਾਂ ਇੰਜ ਲਏਗਾ ਜਿਵੇਂ ਆ ਬਾਰਿਸ਼ ਹਨੇਰੀ ਆ ਜਾਏ ਤੇ ਬੰਦਾ ਫਟਾਫਟ ਛੱਤ ਚੜ ਕੇ ਤੇ ਮੰਜੀਆਂ ਲਾ ਲੈਂਦਾ। ਨਹੀਂ, ਮੈਨੂੰ ਉਮੀਦ ਆ ਪਾਕਿਸਤਾਨੀ ਆਵਾਮ ਟੀਮ ਦੇ ਸਾਰੇ ਮੈਚ ਵੇਖੇਗੀ। ਬਸ ਉਹ 4 ਬੰਦੇ ਹੀ ਨਹੀਂ ਵੇਖ ਸਕਣਗੇ ਜਿਹੜੇ ਵਿਚਾਰੇ ਆਪਣੇ ਆਪਣਾ ਟੀਵੀ ਭੰਨ ਚੁੱਕੇ ਆ। ਖੈਰ ਨਾਲ ਸਾਡੇ ਖਿਲਾੜੀ ਇੱਕ ਦੂਜੇ ਦੇ ਪਿੱਛੇ ਇੰਜ ਗਏ ਨੇ ਜਿਵੇਂ ਬਤਕਾਂ ਲੈਣ ਬਣਾ ਕੇ ਜਾਂਦੀਆਂ ਨੇ, ਅੰਨੇ ਜਿਹਾ ਹੋ ਗਏ ਸੀ।
तेजाबी टोटे हुन तेज विच। तेजाबी टोटे हुन तेज विच। लो भी नाजरीन, एक ऐसा नौजवान जिन्हें मैनू करता हैरान ते पाकिस्तान नू करता परेशान है वो इंसान लुकाट कोहली। यार कोहली तू पाकिस्तानी बॉलरां नू इन्ना कुटिया, हालांकि वो तेनू भरा समझ के गेंद कराउंदे रहे। हाँ जी, इहोजे भरा होण ते वर्ल्ड कप सानू मेहनत कीतियों बगैर ही मिल जाणा वा। बाकी टीम पाकिस्तान की माड़ी नहीं हैगी जे उहदे विचों सिर्फ 11 खिलाड़ी कढ दित्ते जाण। मैं ते भाजी पूरी कोशिश कीती आउट होण दी, मैं एक दो चांस भी दित्ते, इन्हां ने आउट नहीं कीता, मैनू गुस्सा चढ़ गया। बस फिर मैनू उदों अंदाजा हो गया कि यह जवान जिहड़ा ना कुट खाण की तैयारी करके आए आ। तू हुण मैनू मैन ऑफ द मैच देना कि गल्लां ही लाई रखना? तेनू पाकिस्तानी टीम ना दे दिया। तुसीं भाजी मैनू कुछ ना दिओ, भावें मेरे चिंडा चुंडा मार लो, ये गल ना करो। इहो जी टीम नालों अंब चंगे आ जिन्हां दा अचार ते पै जांदा। दुआ करो इन्हां दा एक बार फिर साडे नाल मैच पै जाए। आहो, ताकि बेचारियां नू 500 स्कोर मार के तुसीं वर्ल्ड रिकॉर्ड बना लो। दुआ करियो। तेजाबी टोटे हुन तेज विच। तेजाबी टोटे हुन तेज विच। मैं ते ज़ेन बना के आया सी हरण दा, लेकिन मैनू की पता सी ये भी ज़ेन बना के आया। अच्छा, हले तेरा ज़ेन सी हरण दा, फिर भी तुसी 300 स्कोर मारता। जे तुहाडा ज़ेन हुंदा जीतण दा, फिर ते तुसी एक अद्ध बालर मार देना सी। ओ जान दे भरावा, किते सची मुची दा ही साडा ज़ेन ना बना दे। अच्छा ये दस बई, हले भी तेरा वर्ल्ड कप वाल ध्यान आई इन्हां नू हरा के तेरे अरमान ठंडे हो गए ने? ध्यान ते वर्ल्ड कप वाली आ, इह राह च निक्का जिहा रोड़ा आया सी, ठुड्डा मारता। बाकी मैं अपनी टीम का भी शुक्र गुजार हाँ जिन्हें ताडे सामने मैनू अज बुड़ बुड़ करन दा मौका दिता, नहीं तो अगले मैच च मैं पिछे गेंदा ना फड़दा बटेरे फड़दा। अज तू नहीं कुछ किया? हाँ जी, मैच शुरू होने तो पहले मैं नाश्ता टका के किया सी, इसलिए कुछ नहीं किया। अच्छा भी एक सवाल आया तेरे किसी दुश्मन का, वो पुछदा जी कि तू नहीं कभी जज्बाती नहीं होंदा, वो कि लकड़ दा बने? नहीं जी, मैं भी जज्बाती होना, किसी का ध्यान नहीं पैंदा। गौर ना वेख्या करो, मेरे कान लंबे हो जाते हैं। शुक्र है तेरे कान होंदे आ, जुबान नहीं लंबी होंदी। शट अप। तेजाबी टोटे हुन तेज विच। तेजाबी टोटे हुन तेज विच। मिसबा भाई, तुहानू कोई आसान जिहा तरीका दसां आउट होण दा? पता मैनू, हौली कराख हां जां तैनू रेड कना दे दियां। ओए अफरीदी, जरा आराम नाल खेल लई, पिछे चाह ठंडी हो जानी है। अफरीदी तू ना सुधरी, चाह नू रोंदा रही, उधर सारा पाकिस्तान ठंडा हो गया। अच्छा मिसबा भाई, मैं जरा आउट होने लगा, तुसी मैच सांभ लेना। लो जी, पायन मुंडा छत्ती करके आउट होया जे। आहो, इनू अगला मैच हुण 36 साल बाद खेडना चाहिए। लो पायन तीजा भी आ गया जे। ओए क्रिकेट छड़ के खजूरां बेचिया कर। लो जी, चौथा भी चढ़ गया जे, पंजवां भी मगर ही आ गया। ओए सिर्फ पिच वेखण गया सी। ओए छेवां केड़ा आ रहा भाई? अफरीदी आ भैन। ओ अच्छा अच्छा, मैं समझा कोई बैट्समैन आउट होया। लो भैन सतवां भी रेड़दा आ रहा जे, ते नाल ही मगर अठवां भी आ गया जे। ओए तानू करो फोन आन डैने। भाजी कैप्टन भी आ गया जे। ते मामा फिर टोकरी खोल ते दो दो अंडे सारिआं नू दे दे। तेजाबी टोटे हुन तेज विच। तेजाबी टोटे हुन तेज विच। यार कोहली बहुत अच्छा चौका मारिया तू। तू ही 5-6 मार ला, हले नींद च हैगे। यार मैं नहीं छक्के मारने। ते 400 स्कोर किदां होएगा? यार इन्हां कोल तां 150 नहीं होना। ओए कदे नाल कुट के आया गंजे? इहदे नाल। ओए अफरीदी। हां जी। उधर बाउंड्री खाली है। चंगा कीते दस दई। ओए उधर भी मरो एक जना, बाउंड्री खाली आ। हाँ जगह भी खाली आ। ओ किन्ने ढिले प्लेयर रखिया तुसी, चल तुर पै हुण छेती कर, मैं इधर 20-25 चौके मारने आ। तू नहीं पाएं, तुसी मैनू रोकना नहीं, मैं इन्हां दे बालरां नू बहुत कुटना वा। तां मैं कड़ा जफियां पाउणियां। चल खेड। यार कैच नहीं फड़दे पै। आ फड़ ओए, जरा तेज करा, मरो छिक्का ते वजे। यार इस बैट नाल छिक्के तो वड्डा स्कोर नहीं होण डिया, तू खलो मैं जरा वड्डा बैट लैवां, मैं इन्हां नू अठे मारने आ। तेजाबी टोटे हुन तेज विच।